ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ 550 ਸਾਲਾਂ ਪ੍ਰਕਾਸ਼ ਗੁਰਪੁਰਬ ਦੀਆਂ, ਜਿੱਥੇ ਸਮੁੱਚੀ ਸਿੱਖ ਸੰਗਤ ਸਮੂਹ ਗੁਰੂ ਨਾਨਕ ਨਾਮ ਲੇਵਾ ਨੂੰ ਵਧਾਈਆਂ। ਉਸ ਦੇ ਨਾਲ ਨਾਲ ਅੱਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਗੁਰਤਾਗਤੀ ਦਿਵਸ ਵੀ ਹੈ। ਸਾਰੀਆਂ ਸੰਗਤਾਂ ਨੂੰ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਗੁਰਤਾਗਤੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਤਸ਼ਾਹ ਦੀ ਜਿਹੜੀ ਗੱਲ ਹੈ, ਇਸ ਯੁੱਗ ਦੇ ਵਿਦਾਤਾ ਨੇ ਧੰਨ ਗੁਰੂ ਨਾਨਕ ਪਾਤਸ਼ਾਹ, ਇਸ ਯੁੱਗ ਦੇ ਮਾਲਕ ਹਨ, ਜਿਸ ਨੂੰ ਕੱਲ ਯੁੱਗ ਕਿਹਾ ਜਾਂਦਾ ਹੈ। ਕੱਲ ਤਾਰਨ ਗੁਰੂ ਨਾਨਕ ਆਇਆ, ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲਵਾ। ਮੈਂ ਇੱਕੋ ਹੀ ਸੁਨੇਹਾ ਸੰਸਾਰ ਭਰ ਦੀ ਸੰਗਤ ਨੂੰ ਦੇਣਾ ਚਾਹੁੰਦਾ ਹਾਂ, ਗੁਰੂ ਨਾਨਕ ਨਾਮ ਲੇਵਾ ਨੂੰ। ਗੁਰੂ ਪਿਆਰ ਵਾਲਿਓ, ਇੱਕ ਚੀਜ਼ ਨੂੰ ਅਸੀਂ ਸਮਝ ਲਈਏ, ਭਾਈ ਨਨਕਾਣਾ ਸਾਹਿਬ, ਮੰਨ ਲਓ 1500 ਬੰਦਿਆਂ ਨੂੰ ਵੀਜ਼ਾ ਮਿਲਿਆ ਹੈ ਨਨਕਾਣਾ ਸਾਹਿਬ ਜਾਣ ਵਾਸਤੇ, ਪਰ ਲੇਕਿਨ ਕੱਲ੍ਹ ਦੇ ਦਿਨ ਤੋਂ ਅਸੀਂ ਦਿੱਲੀਓਂ ਚੱਲੇ ਹਾਂ, ਕੱਲ੍ਹ ਦੇ ਦਿਨ ਤੋਂ ਇਹ ਦੇਖ ਰਹੇ ਹਾਂ ਕਿ ਨਮ ਅੱਖਾਂ ਦੇ ਨਾਲ, ਭਰੇ ਮਨ ਦੇ ਨਾਲ ਸਾਡੀਆਂ ਮਾਤਾਵਾਂ, ਭੈਣਾਂ, ਬੱਚੀਆਂ ਅਰਦਾਸਾਂ ਕਰ ਰਹੀਆਂ ਸੀ ਕਿ ਵੀਰ ਜੀ, ਅੰਕਲ ਜੀ, ਸਾਡਾ ਗੁਰੂ ਨਾਨਕ ਪਾਤਸ਼ਾਹ ਨੂੰ ਸੁਨੇਹਾ ਦੇਣਾ ਕਿ ਸਾਨੂੰ ਵੀ ਜਲਦੀ ਤੋਂ ਜਲਦੀ ਦਰਸ਼ਨ ਦੇ ਦਾਰੇ ਬਖਸ਼ਣ, ਕਿਉਂਕਿ ਇਹ ਸਿੱਖ ਦੀ ਮੰਗ ਹੈ। ਰੋਜ਼ 2 ਟਾਈਮ ਅਰਦਾਸ ਵਿੱਚ ਅਸੀਂ ਕਹਿੰਦੇ ਹਾਂ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੇ ਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪੰਥ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਸਾਡੀ ਅਰਦਾਸ ਪੂਰੀ ਹੋਈ ਹੈ, ਇਹੋ ਹੀ ਹੈ ਕਿ ਅਰਦਾਸ ਵਿੱਚ ਜਿੱਥੇ ਸਾਡੀ ਅਰਦਾਸ ਸਤਿਗੁਰੂ ਪੂਰੀ ਕਰਨ ਜਾ ਰਹੇ ਨੇ, ਆਓ ਸਾਰੇ ਰਲ ਕੇ ਇਹਦੇ ਵਿੱਚ ਸਹਿਯੋਗ ਕਰੀਏ। ਆਓ ਸਾਰੇ ਰਲ ਕੇ ਜਿਹੜੇ ਨਹੀਂ ਜਾ ਰਹੇ ਉਹ ਅਰਦਾਸ ਰਾਹੀਂ ਆਪਣਾ ਸੁਨੇਹਾ ਭੇਜੋ ਕਿ ਸੱਚੇ ਪਾਤਸ਼ਾਹ ਸਾਨੂੰ ਜਲਦੀ ਤੋਂ ਜਲਦੀ ਦਰਸ਼ਨ ਦੇ ਦਾਰੇ ਬਖਸ਼ੋ। ਮੈਂ ਅੰਤ ਵਿੱਚ ਸਾਰੇ ਸੰਸਾਰ ਭਰ ਦੇ ਗੁਰੂ ਨਾਨਕ ਨਾਮ ਲੇਵਾ ਗੁਰੂ ਦੀਆਂ ਪਿਆਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਹਾਂ, ਔਰ ਜਿਹੜੇ ਨਗਰ ਕੀਰਤਨ ਦੇ ਵਿੱਚ ਸਾਡੇ ਨਾਲ ਚੱਲ ਰਹੇ ਨੇ ਉਹਨਾਂ ਨੂੰ ਜੀ ਆਇਆਂ ਨੂੰ ਆਖਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੁਧਿਆਣੇ ਦਾ ਮੇਰਾ ਰਿਸ਼ਤਾ ਬਹੁਤ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਹੈ। ਮੈਂ ਬਚਪਨ ਵੀ ਇੱਥੇ ਗੁਜ਼ਾਰਿਆ। ਅੱਜ 550ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਦੇ ਉੱਤੇ ਜਿਹੜੀ ਪੰਥਕ ਏਕਤਾ ਦਾ ਸਬੂਤ, ਔਰ ਜਿਵੇਂ ਜਥੇਦਾਰ ਰਪ੍ਰੀਤ ਸਿੰਘ ਨੇ ਅਰਦਾਸ ਕੀਤੀ ਕਿ ਇਹ ਸਮੁੱਚੇ ਪੰਥ ਦਾ ਨਗਰ ਕੀਰਤਨ ਹੈ, ਉਹ ਅੱਜ ਸਾਬਤ ਹੋ ਰਿਹਾ ਹੈ। ਮੈਂ ਪ੍ਰਬੰਧਕ ਕਮੇਟੀ ਬਾਬਾ ਦੀਪ ਸਿੰਘ ਅਤੇ ਹੋਰ ਸਾਰਿਆਂ ਦਾ ਅਤਿ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਨਗਰ ਕੀਰਤਨ ਦੇ ਵਿੱਚ ਆਪ ਆ ਕੇ ਦਰਸ਼ਨ ਦੇ ਕੇ ਗੁਰੂ ਪ੍ਰਤੀ ਅਕੀਦਾ ਭੇਟ ਕੀਤਾ ਹੈ। ਅਕਾਲ ਪੁਰਖ ਸੱਚੇ ਪਾਤਸ਼ਾਹ ਇਹਨਾਂ ਦੇ ਹਮੇਸ਼ਾ ਅੰਗ ਸੰਗ ਰਵੇ। ਇਹ ਆਪਣੀ ਸਿੱਖੀ ਜੀਵਨ ਨਾਮਦਾਨ ਹਮੇਸ਼ਾ ਤਤਪਰ ਰਹਿ ਕੇ ਜੀਵਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅਮਰਜੀਤ ਸਿੰਘ ਹੈ, ਮੈਨੂੰ ਲੋਕ ਡਰਬਨ ਟਰੈਵਲਰ ਦੇ ਨਾਂ 'ਤੇ ਜਾਣਦੇ ਨੇ। ਗੁਰੂ ਨਾਨਕ ਦੇਵ ਜੀ ਦੀ ਯਾਤਰਾ ਜਿਹੜੇ ਉਹਨਾਂ ਨੇ ਪੈਦਲ ਕੀਤੀ ਸੀ 28 ਸਾਲ ਤੱਕ, ਅਸੀਂ ਉਹ ਕੋਸ਼ਿਸ਼ ਆਪਣੀ ਗੱਡੀ ਦੁਆਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਹਾਂ ਸਾਰੀ ਦੁਨੀਆ ਦੇ ਅੰਦਰ ਜਿੱਥੇ ਮਹਾਰਾਜ ਗਏ ਨੇ। ਸਾਡਾ ਉਪਰਾਲਾ ਤਕਰੀਬਨ 2 ਲੱਖ ਕਿਲੋਮੀਟਰ ਦਾ ਹੈਗਾ, ਜਿਹਦੇ ਅੰਦਰ ਅਸੀਂ 70,000 ਕਿਲੋਮੀਟਰ ਕਰ ਚੁੱਕੇ ਹੈਗੇ ਹਾਂ। ਦਿੱਲੀ ਤੋਂ ਲੰਡਨ ਵੀ ਅਸੀਂ ਗੱਡੀ 'ਤੇ ਹੋ ਕੇ ਆਏ ਸੀਗੇ, ਅਤੇ ਹੁਣ ਹਿੰਦੁਸਤਾਨ ਦੇ ਸਾਰੇ 29 ਸਟੇਟਸ ਵਿੱਚੋਂ ਅਸੀਂ 22 ਸਟੇਟ ਕਰ ਚੁੱਕੇ ਹਾਂ, ਅਤੇ 7-6 ਨੇਬਰਿੰਗ ਕੰਟਰੀਜ਼ ਦੇ ਅੰਦਰ ਅਸੀਂ 5 ਕਰ ਚੁੱਕੇ ਹਾਂ। ਪਾਕਿਸਤਾਨ ਅਤੇ ਸ਼੍ਰੀਲੰਕਾ ਰਹਿ ਗਿਆ, ਅਸੀਂ ਉਹ ਕਰ ਰਹੇ ਹਾਂ। ਉਸ ਤੋਂ ਉਪਰੰਤ ਦੁਨੀਆ ਦੇ ਕਿਹੜੇ ਵੀ ਜਿਸ ਵੀ ਕੋਨੇ ਦੇ ਮਹਾਰਾਜ ਗਏ ਨੇ, ਉਹ ਸਾਰੇ ਸਥਾਨਾਂ ਨੂੰ ਅਸੀਂ ਕਰਾਂਗੇ, ਅਗਲਾ ਪੂਰਾ ਸਾਲ ਇਸ ਉਪਰਾਲੇ 'ਤੇ ਲੱਗੇਗਾ। ਅਤੇ ਜਿੱਥੇ ਉਹ ਨਹੀਂ ਵੀ ਗਏ ਨੇ ਉਸ ਕੰਟਰੀ ਵੀ, ਕਿਉਂਕਿ ਅਸੀਂ ਸਾਰੀ ਦੁਨੀਆ ਦਾ ਟਰੈਵਲ ਕਰ ਰਹੇ ਹਾਂ, ਸੱਤੋਂ ਕੰਟੀਨੈਂਟ, 2 ਲੱਖ ਕਿਲੋਮੀਟਰ, ਉੱਥੇ ਸਿੱਖੀ ਦਾ ਪ੍ਰਚਾਰ ਕਰਾਂਗੇ, ਸਾਬਤ ਸੂਰਤ ਦਾ ਅਤੇ ਦਸਤਾਰ ਦਾ ਪ੍ਰਚਾਰ ਕਰਾਂਗੇ ਜਿਹੜੀ ਮਹਾਰਾਜ ਨੇ ਸਾਨੂੰ ਬਖਸ਼ੀ ਹੈ। ਪ੍ਰੋਬਲਮ ਬੜੀਆਂ ਆਉਂਦੀਆਂ ਨੇ ਜੀ, ਮੈਂ ਹੈਰਾਨ ਹੋਣਾ ਹੈਗਾ ਕਿ ਸਾਨੂੰ ਗੱਡੀ 'ਤੇ ਜਾ ਕੇ ਨਹੀਂ ਪ੍ਰੋਬਲਮ ਆ ਰਹੀਆਂ ਨੇ, ਅਤੇ ਮਹਾਰਾਜ ਨੇ ਜਿਸ ਵਕਤ ਜਰਨੀ ਕੀਤੀ ਸੀਗੀ ਉਸ ਵਕਤ ਨਾ ਸਾਧਨ ਸੀਗੇ ਨਾ ਕੋਈ ਹੋਰ ਰੀਲਾ ਵਸੀਲਾ ਸੀਗਾ, ਅਤੇ ਕਿਸ ਤਰ੍ਹਾਂ ਉਹਨਾਂ ਨੇ ਕੀਤੀ ਹੋਏਗੀ ਇਹ ਹੁਣ ਸਾਨੂੰ ਪਤਾ ਲੱਗਦਾ ਜੇ ਅਸੀਂ ਜਾਂਦੇ ਹਾਂ। ਸੜਕਾਂ ਬਹੁਤ ਜ਼ਿਆਦਾ ਖਰਾਬ ਨੇ, ਖਾਸ ਤੌਰ 'ਤੇ ਇੰਡੀਆ ਦੀ ਪਹਾੜੀ ਸੜਕਾਂ ਬਹੁਤ ਜ਼ਿਆਦਾ ਖਰਾਬ ਨੇ। ਮੈਨੂੰ ਪਤਾ ਕਿ ਮੈਂ ਕਿਸ ਤਰ੍ਹਾਂ ਕੀਤੀ ਹੈ, ਅਤੇ ਮਹਾਰਾਜ ਨੇ ਕਿਸ ਤਰ੍ਹਾਂ ਕਰਵਾਈ ਹੈਗੀ, ਮੈਂ ਕਹਾਂ ਜੀ ਮੇਰਾ ਕੋਈ ਇਹਦੇ 'ਚ ਹੈਗਾ ਯੋਗਦਾਨ, ਮੇਰਾ ਯੋਗਦਾਨ 0 ਹੈਗਾ, ਇਹ ਮਹਾਰਾਜ ਦੀ ਬਖਸ਼ਿਸ਼ ਹੈਗੀ ਮੇਰੇ 'ਤੇ ਤਰਸ ਕੀਤਾ ਉਹਨਾਂ ਨੇ, ਅਤੇ ਮੈਂ ਕਰ ਪਾ ਰਿਹਾ। ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਅਮਰਜੀਤ ਸਿੰਘ ਹੈ ਜੀ। Thank you.